ਕਿ ਬਹੁਤ ਨੁਕੜਦਾ ਸੀ, ਕਦੇ ਰੋਸ ਤੇ ਨਹੀਂ ਗਈ ਸੀ, ਬਹੁਤ ਮਾੜੇ ਹਾਲਤ ਕਰਦਾ ਸੀ, ਫਿਰ ਵੀ ਉਹਨੇ ਘਰ ਮੱਲੀ ਰੱਖਾ, ਕਦੇ ਬਾਹਾਂ ਤੋੜ ਦਿੰਦਾ ਸੀ, ਕਦੇ ਕੁਛ, ਬੜਾ ਕੁਛ ਕਰਦਾ ਸੀ। ਮੇਰੀ ਭੂਆ ਸਾਡੀ ਗੁਰਮੇਲ ਸਿੰਘ। ਗੁਰਮੇਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਫੌਜਤਾ ਸਿੰਘ ਟਾਣੀ ਗੁਲਾ ਸਿੰਘ ਜੀ। ਕੀ ਗੱਲ ਕੀ ਹੋਈ ਹੈ? ਗੱਲ ਜੀ ਫੈਮਿਲੀ ਘਰੇਲੂ ਮਾਮਲਾ ਹੀ ਸੀਗਾ ਜੀ, ਅਤੇ ਪੀ ਕੇ ਰੋਜ਼ ਪੀ ਕੇ ਪਿਆ ਰਹਿੰਦਾ ਹੁੰਦਾ ਸੀ, ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ, ਬਹੁਤ ਬੁਰੇ ਹਾਲਾਤ ਕਰਦਾ ਹੁੰਦਾ ਸੀਗਾ, ਅਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚ ਟਿਕ ਗਿਆ ਸੀਗਾ ਪਿਓ ਸਾਡਾ, ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ, ਦਾਦੇ ਸਾਡੇ ਨੇ ਬਹੁਤ ਬੁਰਾ ਹਾਲ ਕੀਤਾ, ਕਿਰਪਾਨਾਂ ਚੱਕ ਕੇ ਮਾਂ ਸਾਡੇ ਨੂੰ ਵੱਢਣਾ ਚਾਹੁੰਦਾ ਸੀ, ਦਾਦਾ ਵੀ ਸਾਡਾ, ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈਗੀਆਂ ਨੇ ਮੌਕੇ 'ਤੇ, ਅਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ, ਪਰ ਦਾਦੇ ਨੂੰ ਰਾਤੀ ਉਹਨੇ ਫੋਨ ਲਾਇਆ ਪਿਓ ਮੇਰੇ ਨੇ, ਅਤੇ ਦਾਦੇ ਨੇ ਵੀ ਇਹ ਗੱਲ ਕਹੀ ਤੂੰ ਉਹਨੂੰ ਵੱਢ ਦੇ ਮਾਂ ਸਾਡੀ ਤੋਂ, ਉਹਨੇ ਇਹ ਨਹੀਂ ਕਿਹਾ ਪੁੱਤਰ ਨੂੰ ਸਮਝਾਇਆ ਨਹੀਂ ਗਾ ਵੀ ਤੂੰ ਉਹਨੂੰ ਬਿਨਾਂ ਕੁਛ ਕਹਿ ਜਾਂ ਕਿਵੇਂ ਵੀ, ਉਹਨੇ ਵੀ ਇਹ ਗੱਲ ਕਹੀ ਵੀ ਪਿਓ ਪੁੱਤਰ ਵੀ ਵੱਢ ਦਿਆ ਦੀ ਬੁੜੀ ਨੂੰ, ਵੀ ਇਹ ਮਾੜੀ ਚੰਗੀ ਵੇਖਣਾ ਤੂੰ ਕਿਧਰੇ ਦਾ, ਅਤੇ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੀ ਟਾਣੀ ਗਵਾਹ, ਜੇ ਮਾਂ ਸਾਡੀ ਤਾਂ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਹੈ ਤਾਂ ਅਸੀਂ ਦੇਣੇਦਾਰ। ਨਹੀਂ ਹੁਣ ਹੋਇਆ ਕੀ ਸੀਗਾ? ਹੋਇਆ ਇਹੀ ਸੀਗਾ ਵੀ ਉਹ ਪਨੀਰੀ ਪੱਟਦੀ ਪਈ ਸੀ ਤੜਕੇ, ਤੜਕੇ ਸਾਰੇ ਪਹਿਲਾਂ ਦੀ ਘਰ ਚੁਣਾ ਲੈਣ ਚਲੇ ਗਏ, ਉਹ ਪਨੀਰੀ ਪੱਟਣ ਗਈ ਸੀ ਤੜਕੇ, ਪਨੀਰੀ ਪੱਟਦੀ ਪਈ ਸੀ ਉੱਥੇ ਮਗਰ ਗਿਆ ਚੱਲ ਕੁਆੜੀ ਲੈ ਕੇ, ਉੱਥੇ ਕੁਆੜੀ ਨਾਲ ਜਾ ਕੇ ਉੱਥੇ ਉਹਨੇ ਵੱਢਤਾ, ਇੱਕ ਸਿਰ 'ਚ ਮਾਰੀ ਅਤੇ ਦੋ ਇੱਥੇ ਕੰਨੀ 'ਤੇ ਮਾਰੀਆਂ ਅਤੇ ਕੰਨੀ ਲਾਹ ਤੀ। ਵਜ੍ਹਾ ਕੀ ਸੀਗੀ ਇੱਕਦਮ ਤੋਂ ਜਿਹੜਾ? ਵਜ੍ਹਾ ਕੁਛ ਵੀ ਨਹੀਂ, ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ, ਕੱਲ੍ਹ ਦਿਨ ਸਾਰੀ ਤੇਰੀ ਪੀਕ ਸੁੱਤਾ ਰਿਹਾ ਸੀ, ਦਾਰੂ ਤੋਂ ਰੋਕਦੇ ਸੀਗੇ, ਦਾਰੂ ਛੱਡਦਾ ਨਹੀਂ ਸੀਗਾ, ਅਤੇ ਬਾਹਰ ਅੰਦਰ ਬੁੜੀਆਂ ਵਾਲੀ ਗਲਤ ਫੈਮਿਲੀ ਜਾਂਦਾ ਸੀਗਾ, ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਉਹਨੇ, ਸਾਰੇ ਸਾਰੇ ਪਿੰਡ ਨੂੰ ਸਾਡੇ ਨੂੰ ਜਿੱਥੇ ਮਰਜ਼ੀ ਪੁੱਛ ਸਕਦੇ ਜੀ। ਦਾਰੂ ਪੀਣ ਤੋਂ ਰੋਕਣ ਦਾ ਵਿਵਾਦ ਸੀਗਾ? ਹਾਂ, ਰੋਕਣ ਤੋਂ ਵਿਵਾਦ ਸੀਗਾ, ਇਹ ਕਲੇਸ਼ ਚੱਲਦਾ ਸੀ, ਇਹ ਕਲੇਸ਼ ਚੱਲਦਾ ਸੀ, ਦਾਰੂ ਪੀਣ ਤੋਂ ਰੋਕਦੇ ਸੀ ਅਸੀਂ, ਉਹ ਵੀ ਰੁਕਦਾ ਨਹੀਂ ਸੀ, ਅਤੇ ਦਾਰੂ ਪੀ ਕੇ ਕੁੱਟ ਮਾਰ ਵੀ ਰੋਜ਼ ਕਰਦਾ ਸੀਗਾ, ਅਤੇ ਸਾ ਉਹਦੇ ਪਿਓ ਨੇ ਨਹੀਂ ਕਦੇ ਸਮਝਾਇਆ ਵੀ ਪੁੱਤਰਾ ਤੂੰ ਇਹ ਕੰਮ ਨਾ ਕਰਾਉਂਦਾ, ਪਿਓ ਅੱਲਾ ਸਿਰ ਦਿੰਦਾ ਸੀ ਵੀ ਤੂੰ ਵੱਢ ਦੇ, ਇਹਨੂੰ ਵੱਢ ਦੇ। ਕੀ ਚਾਹੁੰਦੇ ਹੋ ਤੁਸੀਂ? ਅਸੀਂ ਮੰਗੇ ਚੰਗੇ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ, ਸਜ਼ਾ ਇਹਨਾਂ ਨੂੰ ਫਾਂਸੀ 'ਤੇ ਦੇਣੀ ਚਾਹੀਦੀ, ਦੋਵਾਂ ਪਿਓ ਪੁੱਤਰਾਂ ਨੂੰ, ਦਾਦੇ ਮੇਰੇ ਨੂੰ ਅਤੇ ਮੇਰੇ ਪਿਓ ਨੂੰ, ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਫਾਂਸੀ 'ਤੇ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ, ਇੱਦਾਂ ਸਾਡੀ ਹੋਰ ਕੋਈ ਸਾਡੀ ਮੰਗ ਨਹੀਂ, ਫਾਂਸੀ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਜੇ ਅੱਜ ਉਹਨਾਂ ਨੂੰ ਛੱਡਣੇ ਆ ਤਾਂ ਕੱਲ੍ਹ ਬਾਕੀ ਸਾਡੀ ਫੈਮਿਲੀ ਨੂੰ ਖਤਰਾ, ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ, ਨੋ ਅੱਗੇ ਬੜਾ ਕੁਛ ਉਹਨੇ ਸਾਡੇ ਘਰ 'ਚ ਕੀਤਾ, ਬਹੁਤ ਨੁਕੜਦਾ ਸੀ, ਕਦੇ ਰੋਸ ਤੇ ਨਹੀਂ ਗਈ ਸੀ, ਬਹੁਤ ਮਾੜੇ ਹਾਲਤ ਕਰਦਾ ਸੀ, ਫਿਰ ਵੀ ਉਹਨੇ ਘਰ ਮੱਲੀ ਰੱਖਾ, ਕਦੇ ਬਾਹਾਂ ਤੋੜ ਦਿੰਦਾ ਸੀ, ਕਦੇ ਕੁਛ, ਬੜਾ ਕੁਛ ਕਰਦਾ ਸੀ। ਮੇਰੀ ਭੂਆ ਸਾਡੀ ਹੈ, ਅਸੀਂ ਚਾਹੁੰਦੇ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ, ਵੱਧ ਤੋਂ ਵੱਧ ਸਜ਼ਾ ਫਾਂਸੀ ਦੀ ਹੋਵੇ ਇਹਨੂੰ। ਸਿਮਰ ਅਸੀਂ ਜੋ ਕੜੀ ਪੂਰਾ ਨਹੀਂ, ਇਹ ਥਾਣੇ ਅਰਨੀ ਵਾਲੇ ਦੇ ਵਿੱਚ ਨਾ ਇੱਕ ਪਿੰਡ ਪੈਂਦਾ ਬਹੁਤ ਖਾਸ, ਉਹਦੀ ਪਾਲੋ ਦੇਵੀ ਰਹਿਣ ਵਾਲੀ ਸੀ, ਉਹਦੇ ਹਸਬੈਂਡ ਨੇ ਸੁਖਦੇਵ ਸਿੰਘ ਨੇ ਉਹਦਾ ਕਹਾੜੀ ਮਾਰ ਕੇ ਕਤਲ ਕਰਤਾ। ਅੱਜ ਸੁਬਾਹ ਦੀ ਗੱਲ ਹੈ, ਇਹ ਸ਼ਰਾਬ ਪੀਤੀ ਸੀ ਉਹਦੀ, ਦੱਸਦੇ ਨੇ ਕੋਈ ਸ਼ੱਕ ਸ਼ੁੱਕ ਕਰਦਾ ਸੀ ਉਹਦੇ ਕਰੈਕਟਰ, ਇਸ ਕਰਕੇ ਉਹਨੇ ਮਾਰਟਰ ਕਰਤਾ। ਹੁਣ ਅਸੀਂ ਕਾਰਵਾਈ ਕਰਨ ਲਈ ਆਏ ਹਾਂ ਇੱਥੇ ਹੋਸਪਿਟਲ, ਇਸ ਤਰ੍ਹਾਂ ਦੀ ਸਟੇਟਮੈਂਟ ਮਿਲੂਗੀ, ਉਸ ਹਿਸਾਬ ਨਾਲ ਅਸੀਂ ਕਤਲ ਦਾ ਪਰਚਾ ਦਰਜ ਕਰ ਲਿਆ। ਪਰਿਵਾਰ 'ਚ ਕੌਣ ਕੌਣ ਸੀਗਾ, ਕੋਈ ਦੱਸਿਆ ਸਰ ਇਹਨਾਂ ਨੇ? ਪਰਿਵਾਰ 'ਚ ਉਹਦੇ ਦੋ ਮੁੰਡੇ ਨੇ, ਇੱਕ ਲੜਕੀ ਹੈ, ਅਤੇ ਇੱਕ ਲੜਕੀ ਅਤੇ ਇੱਕ ਮੁੰਡਾ ਸ਼ਾਦੀਸ਼ੁਦਾ ਨੇ, 45 ਸਾਲ ਦੀ ਏਜ ਦੱਸਦੇ ਨੇ ਉਹਦੀ, ਬਾਕੀ ਜਿਸ ਤਰ੍ਹਾਂ ਬਿਆਨ ਲਿਖਾਣਗੇ ਉਸੇ ਤਰ੍ਹਾਂ ਕਾਰਵਾਈ ਕਰ ਦਿੱਤੀ। ਆਰੋਪੀ ਫਰਾਰ ਦੱਸਿਆ ਜਾ ਰਿਹਾ ਸਰ? ਫਰਾਰ ਹੈ ਫਿਲਹਾਲ ਫਰਾਰ। ਅਤੇ ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ 'ਚ ਝਗੜਾ ਝੁਗੜਾ ਪਹਿਲਾਂ ਵੀ ਰਹਿੰਦਾ ਸੀ, ਗੱਲਬਾਤ ਕੀ ਹੁੰਦੀ ਸੀਗੀ? ਹਾਂ ਦੱਸਦੇ ਨੇ ਵੀ ਝਗੜਾ ਸੀਗਾ ਰਹਿੰਦਾ। ਉਹ ਮੇਨ ਵਜ੍ਹਾ ਕੀ ਸੀ, ਸ਼ੱਕ ਹੀ ਕਰਦਾ? ਸ਼ੱਕ ਹੀ ਕਰਦਾ। ਫਰਦਰ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦੀ ਸ਼ੁਰੂ ਕਰ ਰਹੇ? ਟੀਮਾਂ ਬਣਾਤੀਆਂ ਅਲੱਗ ਅਲੱਗ, CIA ਦੀ ਟੀਮ ਸਾਡੀ, ਅਤੇ ਥਾਣੇ ਦੀ ਟੀਮਾਂ ਬਣਾਤੀਆਂ, ਇੱਕ ਚੌਂਕੀ ਇੰਚਾਰਜ ਦੀ ਟੀਮ ਬਣਾਈ, ਤੇ SHO ਦੀ ਆਪਣੀ ਟੀਮ ਹੈ, ਅਤੇ ਇਹ ਸਾਰੀਆਂ ਟੀਮਾਂ ਹਲਾਈਆਂ ਹੋਈਆਂ, ਜਲਦੀ ਅਰੈਸਟ ਕਰ ਲਿਆ ਗਿਆ।